ਮੇਰਾ ਨਾਮ ਧਰਮਦੀਪ ਬੰਸਲ ਹੈ, ਦੀਪ ਸਟੀਲ ਇੰਡਸਟਰੀ। ਸਾਡਾ ਜਿਹੜਾ ਸਾਨੂੰ ਪਤਾ ਲੱਗਿਆ 19 ਤਰੀਕ ਨੂੰ ਸਾਡੀ ਮਾਤਾ ਜੀ ਦਾ ਭੋਗ ਸੀਗਾ, ਅਤੇ ਸਾਨੂੰ ਪਤਾ ਲੱਗਿਆ ਤੁਹਾਡੇ ਗੋਦਾਮ ਵਿੱਚ ਚੋਰੀ ਹੋ ਗਈ ਹੈ ਇਸ ਚੀਜ਼ ਦੀ ਲੈ ਕੇ, ਅਤੇ ਸਾਨੂੰ ਅਸੀਂ ਉੱਥੋਂ ਬੰਦਿਆਂ ਨੂੰ ਸਾਰਿਆਂ ਨੂੰ ਆਪਣਾ ਆਪਣਾ ਲਿਆ, ਅਤੇ ਉੱਥੇ ਜਾ ਕੇ ਮੌਕੇ 'ਤੇ ਦੇਖੋ ਕੀ ਹੋਇਆ। ਅਤੇ ਸਾਨੂੰ ਉੱਥੇ ਪਤਾ ਲੱਗਿਆ ਐਂ ਕਰਕੇ ਅਲਮਾਰੀ ਨੂੰ ਤੋੜ ਕੇ ਤੋੜ ਭੱਜ ਕਰਕੇ ਅਤੇ ਪੈਸੇ ਦੀ ਖੋਹ ਭਾਈ ਲੈ ਕੇ ਗਏ ਹੈ ਕਿ ਇਹਦੇ ਵਿੱਚ 26 ਲੱਖ ਰੁਪਇਆ ਇੱਕ ਅਲਮਾਰੀ ਦੇ ਵਿੱਚ ਪਿਆ ਸੀ। ਅਤੇ ਪਤਾ ਸਾਨੂੰ ਤੋਂ ਪਹਿਲਾਂ ਸਾਨੂੰ ਇਹੀ ਪਤਾ ਲੱਗਿਆ ਸੀ 26 ਲੱਖ ਰੁਪਏ ਪਿਆ ਅਲਮਾਰੀ ਦੇ ਵਿੱਚ। ਫਿਰ ਸਾਨੂੰ ਦੂਜਾ ਦਰਾਜ ਦੇਖਿਆ ਕਿ ਇਹਦੇ ਵਿੱਚ ਸਾਡੇ ਹੋਰ ਪਰਚੂਨ ਕੈਸ਼ ਪਿਆ ਹੁੰਦਾ ਉਹ 4 ਕੁ ਲੱਖ ਰੁਪਏ ਸੰਤੀ ਉਹਦੇ ਵਿੱਚ ਪਿਆ ਸੀਗਾ, ਅਤੇ ਉਹ ਵੀ ਦੇਖਿਆ ਉਹ ਵੀ ਟੁੱਟਿਆ ਪਿਆ ਸੀਗਾ। ਇਹ ਚੀਜ਼ਾਂ ਸਾਨੂੰ ਮੌਕੇ 'ਤੇ ਸਾਨੂੰ ਪਤਾ ਲੱਗਿਆ ਮੌਕੇ 'ਤੇ ਇਹਨਾਂ ਦੀ ਸਾਡੀ ਟੋਟਲ 30 ਲੱਖ ਰੁਪਏ ਦੇ ਆਸ ਪਾਸ ਸੀਗਾ ਇਹ। ਅਤੇ ਕਿਹਦੇ ਵਿੱਚ ਸਾਨੂੰ ਮੌਕੇ 'ਤੇ SSO ਸਾਹਿਬ ਨੂੰ ਮੌਕੇ 'ਤੇ ਅਸੀਂ ਦੱਸਿਆ ਕਿ ਆਹ ਗੱਲ ਹੋ ਗਈ, ਬਾਕੀ ਇਹਨਾਂ ਦੀ ਸਾਰੀਆਂ ਟੀਮਾਂ ਸਾਡੇ ਮੌਕੇ 'ਤੇ ਪਹੁੰਚੀਆਂ ਹੈ, ਅਤੇ SPD ਮੌਕੇ 'ਤੇ ਆਏ ਅਤੇ ਇਹਨਾਂ ਨੇ ਸਾਰਿਆਂ ਨੂੰ ਸਾਨੂੰ ਭਰੋਸਾ ਦਵਾਇਆ ਇਹ ਤੁਹਾਡੇ ਕੈਸ਼ ਹੈ, ਇਹ ਫੁੱਲ ਵੀ ਫੈਲਣ ਤੁਹਾਨੂੰ ਅਸੀਂ ਕਵਰੀ ਕਰਕੇ ਦੇਵਾਂਗੇ। ਕੁਛ ਇਹਨਾਂ ਨੇ ਹੁਣ ਕੜੀ ਮੈਂਸ਼ਨ ਕੀਤੀ ਹੈ ਉਹ 19 ਕੁ ਲੱਖ ਰੁਪਏ ਇਹਨਾਂ ਨੇ ਮੈਂਸ਼ਨ ਕੀਤੀ ਹੈ, 19 ਕੁ ਲੱਖ ਰੁਪਏ ਅਸੀਂ ਕੀਤਾ ਹੈ, ਬਾਕੀ ਕੜੀ ਬਾਕੀ ਪੈਸਾ ਉਹ ਅੰਡਰ ਸੈਟ ਹੈਗਾ ਹੈ ਉਹ ਕਹਿੰਦੇ ਅਸੀਂ ਕਰਕੇ ਦੇਵਾਂਗੇ। ਨਹੀਂ ਸਰ, 26 ਲੱਖ ਰੁਪਏ ਇੱਕ ਸੀਗਾ, 4 ਲੱਖ ਰੁਪਇਆ ਦੂਜੇ ਦਰਾਜ ਦੇ ਵਿੱਚ ਪਿਆ ਸੀਗਾ। ਹਾਂਜੀ, ਉਹ ਸਾਨੂੰ ਇਹਨਾਂ ਦੀ ਉਮੀਦ ਆ ਪੂਰੀ ਚੀਜ਼ ਦੀ ਲੈ ਕੇ, ਅਤੇ ਇਹ ਸਾਨੂੰ ਪੈਸਾ ਕਿਹੜਾ 100% ਤੁਹਾਨੂੰ ਰਿਕਵਰੀ ਕਰਕੇ ਦੇਣਗੇ। ਜਿਹੜਾ ਬੰਦਾ ਮੇਨ ਸੀਗਾ ਵਿਸ਼ਾਲ, ਹਾਂਜੀ, ਉਹਦੀ ਕੋਈ ਤੁਸੀਂ ਪਹਿਲਾਂ ਫਰਦਰ ਕੋਈ ਟੈਸਟਿੰਗ ਕੋਈ ਕਰਵਾਈ ਸੀ? ਨਹੀਂ, ਇੱਦਾਂ ਦੀ ਕੋਈ ਚੀਜ਼ ਨਹੀਂ ਹੈਗੀ। ਮਤਲਬ ਸਾਨੂੰ ਸੀ ਜੋ ਵੀ ਮਤਲਬ ਸਾਨੂੰ ਇੱਥੋਂ ਬੰਦਾ ਸੀ ਕੀਤਾ ਸੀ ਸਾਡੇ, ਕਿਵੇਂ ਕਲੋਜ ਹੁੰਦੇ ਆ ਜਾਂ ਕੋਈ, ਮਤਲਬ ਉਹਨਾਂ ਤੁਹਾਨੂੰ ਹੈਰ ਕੀਤਾ ਸੀ ਇਸ ਚੀਜ਼ ਦੀ, ਸਾਡਾ ਇਹ ਬੰਦਾ ਹੈਗਾ ਹੈ ਜੀ। ਇਹ ਮੰਡੀ ਗੋਬਿੰਦਗੜ੍ਹ ਦੀ ਕਿ ਜਿਹੜੀ ਦੀਪ ਸਟੀਲ ਇੰਡਸਟਰੀ ਨਾਮ ਦੀ ਇੱਥੇ ਫਰਮ ਹੈ, ਉੱਥੇ ਸਾਨੂੰ ਤਕਰੀਬਨ 3 ਵਜੇ ਦੁਪਹਿਰੇ ਰਿਪੋਰਟ ਹੋਇਆ ਸੀਗਾ ਕਿ ਇੱਥੇ ਅਣਪਛਾਤੇ ਵਿਅਕਤੀਆਂ ਨੇ ਆ ਕੇ ਇੱਥੇ ਆਰਮਡ ਅਟੈਕ ਕਰਕੇ 25 ਲੱਖ ਦੀ ਜਿਹੜੀ ਹੈ ਲੁੱਟ ਅਤੇ ਡਕੈਤੀ ਨੂੰ ਅੰਜਾਮ ਦਿੱਤਾ ਸੀਗਾ। ਅਤੇ ਇਹ ਖਬਰ ਮਿਲਦੇ ਹੀ ਜਿਹੜੀ ਫਤਿਹਗੜ੍ਹ ਸਾਹਿਬ ਪੁਲਿਸ ਜਿਹਨੂੰ ਲੀਡ ਕਰ ਰਹੀ ਸੀ, ਪੁਲਿਸ ਪਾਰਟੀ ਜਿਹਨੂੰ ਲੀਡ ਕਰ ਰਹੇ ਸੀ SPD ਰਾਕੇਸ਼ ਯਾਦਵ ਜੀ, ਅਤੇ ਨਾਲ DSP ਸਾਹਿਬਾਨ, CIA ਦੀ ਪਾਰਟੀ ਅਤੇ ਜਿਹੜੇ ਸਾਡੇ ਹੋਰ ਇੰਸਪੈਕਟਰਸ ਨੇ ਉਹ ਸਾਰੇ ਮੌਕੇ 'ਤੇ ਪਹੁੰਚੇ। ਸਭ ਤੋਂ ਪਹਿਲਾਂ ਜਿਹੜਾ ਹੈਗਾ ਪੂਰਾ ਸ਼ਹਿਰ ਸੀਲ ਕੀਤਾ ਗਿਆ। ਦੂਜੇ ਅਸੀਂ ਜਿਹੜਾ ਉੱਥੇ ਮੌਕੇ 'ਤੇ ਜਿਹਨੇ ਵੀ ਸਾਨੂੰ ਉੱਥੇ ਸਾਰਿਆਂ ਤੋਂ ਪੁੱਛ ਕੇ ਸ਼ੁਰੂ ਕੀਤੀ ਸੀ, ਸਭ ਤੋਂ ਪਹਿਲਾਂ ਸਾਨੂੰ ਜੋ ਲੀਡ ਮਿਲੀ ਜੀ, ਜਿਹੜਾ ਵਿਸ਼ਾਲ ਮੜਕਨ ਨਾਮ ਦਾ ਇਹਨਾਂ ਦਾ ਇੰਪਲੋਈ ਸੀਗਾ, ਉਹਨੂੰ ਅਸੀਂ ਅਰੈਸਟ ਕੀਤਾ। ਉਹੀ ਇਸ ਪੂਰੀ ਵਾਰਦਾਤ ਦਾ ਮਾਸਟਰਮਾਈਂਡ ਸੀ। ਵਿਸ਼ਾਲ ਮੜਕਨ ਬਸੀ ਪਠਾਣਾ ਦਾ ਰਹਿਣ ਵਾਲਾ, ਇਹ ਇਹਨਾਂ ਦੇ ਕੋਲ ਇਸ ਫਰਮ ਦੇ ਵਿੱਚ ਪਿਛਲੇ 1.5 ਸਾਲ ਤੋਂ ਕੰਮ ਕਰ ਰਿਹਾ ਸੀਗਾ। ਅਤੇ ਇਹ ਜੋ ਹੈ ਵਿਸ਼ਾਲ ਮੜਕਨ, ਇਹ ਤਕਰੀਬਨ ਪਿਛਲੇ 1 ਹਫ਼ਤੇ ਤੋਂ ਇਹ ਪਲੈਨਿੰਗ ਕਰ ਰਿਹਾ ਸੀਗਾ ਆਪਣੇ ਐਸੋਸੀਏਟਸ ਦੇ ਨਾਲ ਕਿ ਅਸੀਂ ਇਹ ਜਿਹੜੀ ਹੈ ਲੁੱਟ ਨੂੰ ਅੰਜਾਮ ਦੇਣਾ। ਜਦੋਂ ਇਹਨੂੰ ਅਰੈਸਟ ਕੀਤਾ ਜੀ, ਤਾਂ ਸਾਨੂੰ ਜਿਹੜੇ ਬਾਕੀ ਦੇ ਐਸੋਸੀਏਟਸ ਨੇ ਉਹਨਾਂ ਦੇ ਬਾਰੇ ਜਾਣਕਾਰੀ ਮਿਲੀ। ਪੁਲਿਸ ਨੇ ਬਹੁਤ ਸੂਝਬੂਝ ਨਾਲ ਕੰਮ ਕਰਦੇ ਹੋਏ ਜਿਹੜੇ ਇਹਦੇ ਬਾਕੀ ਐਸੋਸੀਏਟ ਸੀਗੇ, ਜਿੱਥੇ ਸਭ ਤੋਂ ਪਹਿਲਾਂ ਸੀਗਾ ਜਸਵੰਤ ਸਿੰਘ ਜੱਸਾ ਜੋ ਕਿ ਸਰਾਫਾ ਬਾਜ਼ਾਰ ਬਸੀ ਪਠਾਣਾ ਦਾ ਰਹਿਣ ਵਾਲਾ ਸੀ, ਉਹਨੂੰ ਅਰੈਸਟ ਕੀਤਾ। ਨਾਲ ਹੀ ਇਹਦੇ ਜਿਹੜੇ ਹੋਰ 2 ਐਸੋਸੀਏਟ ਸੀਗੇ, ਗੌਰਵ ਥਾਪਰ ਅਤੇ ਤੁਸ਼ਾਰ, ਉਸਨੂੰ ਵੀ ਬਸੀ ਪਠਾਣਾ ਤੋਂ ਅਰੈਸਟ ਕੀਤਾ ਗਿਆ। ਜਦੋਂ ਜਸਵੰਤ ਜੱਸੇ ਨੂੰ ਪੁਲਿਸ ਫਰਦ ਇਨਕਸ਼ਾਫ਼ ਰਾਹੀਂ 27 ਐਵੀਡੈਂਸ ਐਕਟ ਰਾਹੀਂ ਰਿਕਵਰੀ ਕਰਾਉਣ, ਉਹਨੇ ਪੁਲਿਸ ਨੂੰ ਇਹ ਡਿਸਕਲੋਜ਼ ਕੀਤਾ ਸੀਗਾ ਕਿ ਮੇਰੇ ਕੋਲ ਜਿਹੜੀ ਬਲੈਰੋ ਗੱਡੀ ਹੈ ਉਹਦੇ ਵਿੱਚ ਕੁਝ ਕੈਸ਼ ਅਤੇ ਜਿਹੜੀ ਚੋਰੀ ਦੀ ਅਮਾਊਂਟ ਹੈ ਉਹਦੇ ਵਿੱਚ ਪਈ ਹੈ। ਜਦੋਂ ITI ਬਸੀ ਪਠਾਣਾ ਨੇੜੇ ਪੁਲਿਸ ਪਾਰਟੀ ਇਸ ਨੂੰ ਲੈ ਕੇ ਪਹੁੰਚੀ, ਤਾਂ ਉੱਥੇ ਇਹਨੇ ਅਨਪ੍ਰੋਵੋਕਡ ਤਰੀਕੇ ਨਾਲ ਪੁਲਿਸ ਪਾਰਟੀ ਨੂੰ ਚਕਮਾ ਦਿੰਦੇ ਹੋਏ ਪੁਲਿਸ ਪਾਰਟੀ 'ਤੇ ਅਨਪ੍ਰੋਵੋਕਡ ਫਾਇਰ ਕੀਤਾ, ਤਾਂ ਕਿ ਉਹਦਾ ਮਨਸੂਬਾ ਇਹ ਸੀ ਕਿ ਫਾਇਰ ਕਰਕੇ ਉੱਥੋਂ ਮੌਕੇ ਤੋਂ ਫਰਾਰ ਹੋ ਜਾਏ। ਪਰ ਪੁਲਿਸ ਪਾਰਟੀ ਨੇ
ਰਿਟੈਲੀਏਟਰੀ ਫਾਇਰ ਕਰਦੇ ਹੋਏ ਉਹਦਾ ਜਿਹੜਾ ਇਹ ਮਨਸੂਬਾ ਸੀਗਾ ਉਹਦੇ 'ਤੇ ਪਾਣੀ ਫੇਰਤਾ, ਉਸਨੂੰ ਮੌਕੇ ਤੋਂ ਅਰੈਸਟ ਕੀਤਾ। ਨਾਲ ਹੀ ਤੁਸੀਂ ਦੇਖ ਸਕਦੇ ਹੋ ਜਿਹੜਾ 15 ਬੋਰ ਦਾ ਵੈਪਨ ਜਿਹੜਾ ਉਸਨੇ ਵਰਤਿਆ ਸੀ ਪੁਲਿਸ ਪਾਰਟੀ ਨੂੰ ਅਟੈਕ ਕਰਦੇ ਹੋਏ, ਉਹ ਵੀ ਰਿਕਵਰ ਕੀਤਾ ਹੈ। ਉਸਦੀ ਇਸ ਕਾਰਵਾਈ 'ਤੇ ਜਿਹੜਾ 307 ਦਾ ਪਰਚਾ ਬਸੀ ਪਠਾਣਾ ਥਾਣੇ ਦੇ ਵਿੱਚ ਦਰਜ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੂੰਗੀ ਜੀ ਕਿ ਜਿਹੜੀ ਲੁੱਟ ਦੀ ਅਮਾਊਂਟ ਸੀ ਉਹ ਤਕਰੀਬਨ ਸਾਰੀ ਅਮਾਊਂਟ ਹੈ ਜੀ ਉਹ ਕੱਲ੍ਹ ਹੀ ਰਿਕਵਰ ਕਰ ਦਿੱਤੀ ਗਈ। ਕੁਛ ਘੰਟਿਆਂ ਦੇ ਵਿੱਚ ਹੀ ਇਹ ਜਿਹੜਾ ਪੂਰਾ ਕੇਸ ਹੈ ਇਹ ਟਰੇਸ ਕਰ ਦਿੱਤਾ ਗਿਆ। ਤੁਹਾਡੇ ਸਾਰਿਆਂ ਦੇ ਰਾਹੀਂ ਮੈਂ ਇੱਕ ਗੱਲ ਜ਼ਰੂਰ ਸੰਦੇਸ਼ ਦੇਣਾ ਚਾਹੂੰਗੀ ਕਿ ਪੂਰੀ ਇੰਡਸਟਰੀਅਲ ਐਸੋਸੀਏਸ਼ਨ ਅੱਜ ਇੱਥੇ ਸਾਡੇ ਕੋਲ ਮੌਜੂਦ ਹੈ, ਸਕ੍ਰੈਪ ਐਸੋਸੀਏਸ਼ਨ ਇੱਥੇ ਮੌਜੂਦ ਹੈ, ਕਿ ਮਾਨਯੋਗ CM ਸਾਹਿਬ ਪੰਜਾਬ ਅਤੇ ਮਾਨਯੋਗ DGP ਸਾਹਿਬ ਪੰਜਾਬ ਦਾ ਜਿਹੜਾ ਬੜਾ ਕਲੀਅਰ ਦਿਸ਼ਾ ਨਿਰਦੇਸ਼ ਹੈ ਕਿ ਜਿਹੜਾ ਕੋਈ ਵੀ ਬੰਦਾ ਪੰਜਾਬ ਦੇ ਵਿੱਚ ਉਦਯੋਗ ਕਰਨ ਵਾਲਾ ਹੈ, ਕੋਈ ਇੰਡਸਟਰੀ ਕਰਨ ਵਾਲਾ ਹੈ, ਉਹ ਪੰਜਾਬ ਦੇ ਵਿੱਚ ਨਿਡਰ ਹੋ ਕੇ ਕੰਮ ਕਰੇ। ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਹਰ ਵੇਲੇ ਉਹਨਾਂ ਦੇ ਨਾਲ ਹੈ ਅਤੇ ਕੋਈ ਵੀ ਜੇ ਕਿਸੇ ਦੇ ਵੀ ਕੋਈ ਲਾਅ ਐਂਡ ਆਰਡਰ 'ਤੇ ਅਤੇ ਕ੍ਰਾਈਮ 'ਤੇ ਕਿਸੇ ਤਰੀਕੇ ਦਾ ਕੋਈ ਕੰਪਰੋਮਾਈਜ਼ ਨਹੀਂ ਕੀਤਾ ਜਾਏਗਾ ਅਤੇ ਪੰਜਾਬ ਪੁਲਿਸ ਵੱਲੋਂ ਸਖ਼ਤ ਤੋਂ ਸਖ਼ਤ ਐਕਸ਼ਨ, ਸਖ਼ਤ ਤੋਂ ਸਖ਼ਤ ਐਕਸ਼ਨ ਜਿਹੜਾ ਹੈ ਇਹ ਜਿਹੜੇ ਮਾੜੇ ਅਨਸਰ ਨੇ ਜਿਹੜੇ ਹੁਲੀਗਨਿਜ਼ਮ ਦਾ ਉਹਦੇ 'ਤੇ ਸਖ਼ਤ ਤੋਂ ਸਖ਼ਤ ਐਕਸ਼ਨ ਲਿੱਤਾ ਜਾਏਗਾ। ਕਿੰਨੀ ਅਮਾਊਂਟ ਰਿਕਵਰ ਕੀਤੀ ਹੈ ਜੀ? 19 ਲੱਖ ਦੀ ਅਮਾਊਂਟ ਹੈ ਜੀ। ਟੋਟਲ ਕਿੰਨੀ ਸੀ ਜਿਹੜੀ ਉੱਥੋਂ ਜੋ ਰਿਪੋਰਟਡ ਅਮਾਊਂਟ ਸੀਗੀ ਉਹ 25 ਲੱਖ ਸੀ, ਪਰ ਉਹ ਜਿਹੜੇ ਮਦਈ ਨੇ ਉਹ ਪ੍ਰੈਜ਼ੈਂਟ ਨੇ, ਉਹ ਦੁਬਾਰਾ ਇਸ ਨੂੰ ਪੂਰਾ ਵੈਰੀਫਾਈ ਕਰ ਰਹੇ ਕਿ ਕਿੰਨੀ ਅਮਾਊਂਟ ਸੀ। ਜਿਹੜੇ ਟੋਟਲ ਕਿੰਨੇ ਮਾਸਟਰਮਾਈਂਡ ਕੌਣ ਹੈ ਤੇ ਇਹ ਕਿਵੇਂ ਸਪਰਕ ਹੈ? 4 ਅਕਿਊਜ਼ਡ, 2 ਗੱਡੀਆਂ, 1 ਵੈਪਨ ਤੇ 19 ਲੱਖ ਦੀ ਕੈਸ਼ ਰਿਕਵਰੀ ਹੋਈ ਹੈ। ਅਤੇ ਇਹਦੇ ਵਿੱਚ ਕਿਉਂਕਿ ਮੈਟਰ ਹਜੇ ਜੇ ਤਫਤੀਸ਼ ਹੈ, ਅਸੀਂ ਇਹਨਾਂ ਦਾ ਮਾਨਯੋਗ ਅਦਾਲਤ ਦੇ ਵਿੱਚ ਇਹਨਾਂ ਨੂੰ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਵਾਂਗੇ ਅਤੇ ਸਾਨੂੰ ਲੱਗਦਾ ਹੈ ਕਿ ਇਹਦੇ ਵਿੱਚ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ। ਕ੍ਰਿਮੀਨਲ ਬੈਕਗ੍ਰਾਊਂਡ ਇਹਨਾਂ ਦੀ ਸਾਰਿਆਂ ਦੀ ਕੋਈ? ਇਹ ਜੀ ਕਿਨਾਂ ਇਹਨਾਂ ਦੀ ਕੋਈ ਕ੍ਰਿਮੀਨਲ ਬੈਕਗ੍ਰਾਊਂਡ ਨਹੀਂ ਹੈ। ਉਹੀ ਗੱਲ ਬੜੀ ਹੈਰਾਨੀਜਨਕ ਹੈ ਕਿ ਬਿਨਾਂ ਕਿਸੇ ਕ੍ਰਿਮੀਨਲ ਬੈਕਗ੍ਰਾਊਂਡ ਤੋਂ ਇਹਨਾਂ ਨੇ ਇੰਨੀ ਸੰਗੀਨ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ। ਇਹ 34 ਸਾਲ ਦਾ ਬੰਦਾ ਹੈ ਜੀ ਅਤੇ ਇਹਦਾ ਇਹਨਾਂ ਦਾ ਇੰਪਲੋਈ ਹੀ ਸੀਗਾ ਅਤੇ ਉਹ ਜੋ ਇੱਥੇ ਤਕਰੀਬਨ 1.5 ਸਾਲ ਤੋਂ ਇਹਨਾਂ ਦੇ ਨਾਲ ਕੰਮ ਕਰ ਰਿਹਾ ਸੀ, ਜਿੱਦਾਂ ਹੁੰਦਾ ਹੈ ਕਿ ਸਾਰੀ ਚੀਜ਼ ਦਾ ਇਹਨੂੰ ਪਤਾ ਸੀਗਾ। ਜੋ ਖਾਸ ਗੱਲ ਹੈ ਜੀ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਕਿ ਇਹਨਾਂ ਦਾ ਜਿਹੜਾ ਮਿਸਟਰ ਬਾਂਸਲ ਵੀ ਇੱਥੇ ਮੌਜੂਦ ਨੇ, ਇਹਨਾਂ ਦੀ ਫੈਮਿਲੀ ਦਾ ਇੱਕ ਭੋਗ ਸੀਗਾ ਅਤੇ ਉਹਨਾਂ ਨੂੰ ਪਤਾ ਸੀ ਕਿ ਇਹ ਇੱਥੇ ਮੌਜੂਦ ਨਹੀਂ ਹੋਣਗੇ ਅਤੇ ਇਹਨਾਂ ਨੇ ਖਾਸ ਤੌਰ 'ਤੇ ਇਸ ਚੀਜ਼ ਦੇ ਆਸ ਪਾਸ ਹੀ ਇਹ ਪਲੈਨਿੰਗ ਕੀਤੀ ਸੀ। ਮੰਡੀ ਗੋਬਿੰਦਗੜ੍ਹ ਤੋਂ ਪੱਤਰਕਾਰ ਪਰਮਜੀਤ ਸਿੰਘ ਧੀਮਾਨ ਦੀ ਖਾਸ ਰਿਪੋਰਟ।